मौत नूं मासी कहिंदे आ लोक, फिर कह दिंदे आ रब दी कीती होगी आ कट विखा दे। आ कट भन्न के बनाए गए, इहनां नूं नजायज कट कहा जांदा। आ देखो तुसी, आहा इह आउंदा रूल च आउंदा। आओ देखो तुसी आप देखिया भी इत्थे नुकसान वड्डा हुंदा, ਹੋ ਕੇ ਪੁੱਛਾਂਗੇ ਵੀ ਫਿਰ ਆਪਾਂ ਕਹਿੰਦੇ ਹਾਂ ਰੱਬ ਦੀ ਕੀਤੀ ਆ। ਆਉਂਦੇ ਆਹ ਦੇਖੋ ਇੱਕ ਮਿੰਟ, ਹੁਣ ਤੁਸੀਂ ਦੱਸੋ ਵੀ ਜੇ 100,000 ਰੁਪਏ ਦਾ ਮੋਟਰਸਾਈਕਲ ਲੈ ਲਿਆ, ਉਹ ਜਿੱਥੇ ਕੱਟ ਛੱਡੇ ਉੱਥੋਂ ਦੀ ਆਇਆ ਜਾਵੇ। ਆਹ ਵੇਖੋ ਆਹ ਤੁਹਾਡੇ ਸਾਹਮਣੇ, ਰੁਕੀ ਬਾਈ ਰੁਕ, ਆਹ ਇੱਥੋਂ ਦੀ ਤੁਸੀਂ ਨਗਾਇਆ ਲੀਗਲ ਆ, ਇਹ ਬਣਿਆ ਵਾ ਕੱਟ ਅਸੀਂ ਨਗਾਤਾ। ਬਣਿਆ ਕਿੱਥੇ ਆ ਭੰਨਿਆ ਵਾ? ਇੱਥੇ ਘਰ ਆ ਤੁਹਾਡਾ? ਨੇੜੇ ਆ ਘਰ ਸਾਡੇ, ਪਿੰਡਾਂ ਨੂੰ ਰਸਤਾ ਨਹੀਂ ਛੱਡਿਆ ਇਹਨਾਂ ਦੇ, ਅਸੀਂ ਕਿੱਥੋਂ ਦੀ ਨਹੀਂ ਰਸਤਾ। ਇੱਧਰ ਇੱਕ ਉਹ ਕੱਟ ਪਿੱਛੇ, ਥੋੜ੍ਹਾ ਜਿਹਾ ਪਿੱਛੇ ਕੱਟ, 5-7 ਕਰਮਾਂ ਦੇ ਕੱਟ ਹੈਗਾ ਨਾ। 5-7 ਕਰਮਾਂ ਕਿਉਂ? 3-3 ਕਿਲੋਮੀਟਰ ਤੇ ਕੱਟ ਹੈ। ਨਹੀਂ ਨਹੀਂ ਆਹ ਤਾਂ ਤੁਹਾਡੇ ਜਮਾ ਕੋਲੇ ਛੱਡਿਆ ਵਾ, 5-7 ਕਰਮਾਂ ਦੇ ਕੱਟ ਆ, ਉੱਥੋਂ ਦੀ ਕਿਉਂ ਨਹੀਂ ਮੁੜੇ ਕੇ ਇੱਥੋਂ ਨਵਾਂ? ਅਸੀਂ ਇੱਧਰੋਂ ਆਏ ਹਾਂ, ਪਹਿਲਾਂ ਉੱਧਰ ਨੂੰ ਜਾਈਏ ਫਿਰ ਇੱਧਰ ਨੂੰ ਆਈਏ। ਉਹ 5 ਕਰਮਾਂ ਦੇ ਕੱਟ ਆ, 10,00,000 ਰੁਪਏ ਦਾ ਮੋਟਰਸਾਈਕਲ ਲੈ ਲਿਆ, ਉੱਥੇ ਤਾਂ 5 ਰੁਪਏ ਦਾ ਤੇਲ ਨਹੀਂ ਲੱਗਣਾ ਸੀ। ਤੇਲ ਦੀ ਗੱਲ ਨਹੀਂ ਬਾਈ, ਜਿਹੜੀ ਸਹੂਲਤ ਲੋਕਾਂ ਨੇ ਬਣਾ ਦਿੱਤੀ ਹੈ। ਨਹੀਂ ਲੋਕਾਂ ਨੇ ਸਹੂਲਤ, ਜੇ ਕੋਈ ਗੱਲਬਾਤ ਹੋ ਜੇ ਫਿਰ ਤੁਸੀਂ ਕਹਿੰਦੇ ਰੱਬ ਦੀ ਕੀਤੀ ਹੋਗੀ। ਆਹ ਕੱਟ ਦੱਸ ਦੇ, ਇਹ ਕੱਟ ਇੱਥੋਂ ਲੰਘਣ ਵਾਲਾ, ਇਹ ਸੜਕ ਵਾਲਿਆਂ ਨੇ ਬਣਾਇਆ। ਐਵੇਂ ਬਸ ਮੂੜਾ ਸਾਡੇ ਸਾਡਾ, ਇਹ ਆਪਦਾ ਉੱਲੂ ਸਿੱਧਾ ਕਰਨਾ, ਉਹ ਕਹਿੰਦੇ ਹੁੰਦੇ ਉੱਲੂ ਸਿੱਧਾ ਕਰਨਾ, ਇਹ ਹੁੰਦਾ ਉੱਲੂ ਸਿੱਧਾ ਕਰਨਾ, ਇਹ ਕੱਟ ਸਹੀ ਸੀ। ਉਹ ਦੇਖੋ ਇੱਕ ਹੋਰ ਛੋਟੇ ਛੋਟੇ ਬੱਚੇ ਸਕੂਲ ਵਾਲੇ ਆ, ਹੁਣ ਤੁਸੀਂ ਇਹ ਦੱਸ ਦਿਓ ਵੀ ਜਿੱਥੇ ਸਾਡੇ ਕੱਟ ਬਣਾਏ ਹੋਏ ਆ, ਅਸੀਂ ਇਹ ਕੱਟ ਬਣਾ ਲਏ ਨਜਾਇਜ਼ ਢੰਗ ਦੇ ਨਾਲ, ਕੀ ਇਹ ਸਹੀ ਆ? ਹੁਣ ਇੰਨੀਆਂ ਟਰਾਲੀਆਂ ਆਉਂਦੀਆਂ, ਸੀਜ਼ਨ ਚੱਲਦਾ, ਉੱਥੋਂ ਟਰੱਕ ਗੱਡੀ ਨੇ ਆਪਦੀ ਸਪੀਡ 'ਤੇ ਆਉਣਾ, ਰੱਬ ਨਾ ਕਰੇ ਕੋਈ ਹਾਦਸਾ ਵਾਪਰ ਜੇ, ਫਿਰ ਵੱਡੀ ਮਸ਼ੀਨਰੀ ਵਾਲੇ ਨੂੰ ਉਹ ਦੁੱਖ ਭੋਗਣਾ ਪੈਂਦਾ, ਕਿਉਂਕਿ ਉਹਦੇ ਪੱਲੇ ਗੱਲ ਪੈ ਜਾਂਦੀ ਆ, ਅਸੀਂ ਕਸੂਰ ਹੀ ਵੱਡੀ ਮਸ਼ੀਨਰੀ ਵਾਲੇ ਦਾ ਕਹਿੰਦੇ ਆ। ਤੁਸੀਂ ਦੱਸੋ ਪਹਿਲਾਂ ਸਹੀ ਸੀ ਕਿ ਗਲਤ ਸੀ? ਉਹ ਸਾਨੂੰ ਨਹੀਂ ਪਤਾ ਸਹੀ ਹੈ ਜਾਂ ਗਲਤ, ਥਾਂ ਥਾਂ ਬਣੇ ਹੋਏ ਆ ਇਹ ਆਪ ਬਣਾਏ ਲੋਕਾਂ ਨੇ ਕੱਟ ਹਾਰ ਕੇ ਹੰਭ ਕੇ, ਕਿਉਂਕਿ ਇਹਨਾਂ ਨੇ ਛੱਡੇ 2-2 ਕਿਲੋਮੀਟਰ ਤੱਕ ਜਾ ਕੇ ਕੱਟ ਬਣਾਏ ਇਹਨਾਂ ਨੇ। ਕੋਈ ਇਹ ਨਹੀਂ ਦੇਖਦੇ ਵੀ ਇੱਥੋਂ ਪਿੰਡ ਨੂੰ ਰਸਤਾ ਜਾਂਦਾ ਜਾਂ ਇੱਥੋਂ ਬੰਦਾ ਮੁੜੂਗਾ, ਉਸ ਤੱਕ ਦਾ ਤੁਸੀਂ ਕੱਟ ਬਣਾਓ। ਅਸੀਂ ਫਿਰ ਜ਼ਬਰਦਸਤੀ ਪਿੰਡ ਵਾਲਿਆਂ ਨੇ ਬਣਾ ਲਏ ਜਿੱਥੇ ਜੀ ਕੀਤਾ, ਪਰ ਰਿਸਕ ਤਾਂ ਹੈਗਾ, ਇਹ ਗੱਲ ਮੈਂ ਮੰਨਦਾ, ਰਿਸਕ ਤਾਂ ਹੈਗਾ, ਪਰ ਕੀ ਕਰੀਏ, ਸਾਡੀ ਵੀ ਮਜਬੂਰੀ ਹੈ। ਮਜਬੂਰੀ ਆ, ਪਰ ਮੈਂ ਕਹਿੰਦਾ ਚਲੋ ਠੀਕ ਆ, ਜਿੱਥੇ ਕੋਈ 10-20 ਘਰ ਹੈਗੇ ਆ, ਉੱਥੇ ਸੜਕ ਵਾਲਿਆਂ ਨੂੰ ਕਹਿ ਕੇ, ਟੂਲ ਵਾਲਿਆਂ ਨੂੰ ਕਹਿ ਕੇ ਕੱਟ ਬਣਾ ਲਓ, ਪਰ ਗੱਲ ਇੱਥੇ ਆ ਵੀ ਆਹ ਜਿਹੜਾ ਕੱਟ ਆ ਜਮਾਂ ਲੱਗ ਗਏ ਆ, ਠੀਕ ਆ, ਤੁਹਾਨੂੰ ਉਹ ਕੱਟ ਵੀ ਦਿਖਾਊਂਗਾ ਮੈਂ ਜਿਹੜਾ ਲੱਗ ਗਿਆ ਬਿਲਕੁਲ, ਠੀਕ ਆ, ਪਰ ਆਹ ਕੱਟ ਦੇ ਉੱਤੋਂ ਨਹੀਂ, ਤੁਹਾਨੂੰ ਪਤਾ ਯਾਰ ਵੀ ਆਹ ਸੜਕ ਵੇਖੋ, ਆਹ ਗੱਡੀਆਂ 1 ਸਕਿੰਟ ਵੀ ਨਹੀਂ ਵਿਹਲਾ ਸੜਕ ਦੇ ਉੱਪਰ, ਗੱਡੀਆਂ ਲੰਘ ਰਹੀਆਂ, ਕੋਈ ਗੱਲਬਾਤ ਹੋਈ ਜਾਂਦੀ, ਜ਼ਿੰਮੇਵਾਰ ਕੌਣ ਆ? ਲੰਘਦੇ ਤਾਂ ਬਾਈ ਧਿਆਨ ਨਾਲ ਹੀ ਅਸੀਂ ਸਾਰੇ, ਫਿਰ ਵੀ ਜਿਹੜਾ ਕੁਝ ਹੋਣਾ ਉਹ ਤਾਂ ਹੋ ਕੇ ਹੀ ਰਹਿਣਾ ਹੁੰਦਾ ਦੁਨੀਆ 'ਤੇ। ਬਾਕੀ ਇਹਨਾਂ ਨੂੰ ਚਾਹੀਦਾ ਜਿੱਥੇ 5-10 ਘਰ ਹੈਗੇ ਆ ਜਾਂ ਉੱਥੇ ਜਾਂਦਾ ਹੈਗਾ ਪਿੰਡ ਨੂੰ ਕੋਈ ਰਾਹ ਜਾਂਦਾ, ਉਸ ਟਾਈਮ ਦੀ ਲਾਈਟਿੰਗ ਉੱਥੇ ਕੱਟ ਦਾ ਬਣਾਇਆ ਜਿੱਥੇ ਸੜਕਾਂ ਹੁਣ, ਇਹ ਨਹੀਂ ਵੀ ਜੇ ਉੱਥੋਂ ਥੋੜ੍ਹੀ ਥੋੜ੍ਹੀ ਵਿਹਤ, ਜਿੱਥੇ ਇੱਧਰ ਵੇਖੋ ਆਹ ਥੋੜ੍ਹਾ ਥੋੜ੍ਹੇ ਨੇੜੇ ਕੱਟ ਸੀਗਾ, ਜੇ ਉੱਤੋਂ ਨਹੀਂ ਮੁੜ ਕੇ ਆ ਜਾਂਦੇ ਫਿਰ ਕੀ ਹੁੰਦਾ? ਉਹ ਨਹੀਂ ਹੁੰਦਾ ਬੰਦਿਆਂ ਕੋਲ ਟਾਈਮ ਇੰਨਾ ਮੁੜਨ ਦਾ, ਇੱਕ ਤਾਂ ਕਾਹਲੀ 'ਚ ਸਾਰੀ ਦੁਨੀਆ ਕਾਹਲੀ ਤੁਰੀ ਫਿਰਦੀ ਹੈ, ਪਹਿਲਾਂ 3 ਕਿਲੋਮੀਟਰ ਇੱਧਰ ਨੂੰ ਜਾਓ ਫਿਰ 3 ਕਿਲੋਮੀਟਰ ਵਾਪਸ ਆਓ। ਨਹੀਂ ਪਰਿਵਾਰ ਵੀ ਘਰੇ ਡੀਕਦਾ ਹੋਊਗਾ ਵੀ ਕੰਮ 'ਤੇ ਗਏ ਆ ਪਰਿਵਾਰ ਜਾਂ ਕਿਤੇ ਰਿਸ਼ਤੇਦਾਰੀ 'ਚ ਗਏ ਆ ਵੀ ਘਰੇ ਮੁੜ ਕੇ ਆਉਣਗੇ, ਅਤੇ ਆਹ ਕਿਹੜੀ ਗੱਲ ਹੋਈ? ਜੇ ਹੋ ਆਖੇ ਜਿਹੜਾ ਕੁਛ ਹੋਣਾ ਤਾਂ ਹੋ ਹੀ ਜਾਣਾ, ਉਹ ਤਾਂ ਲਿਖਿਆ ਵਾ। ਆਹ ਦੱਸੋ ਇਹ ਹੁਣ ਦੇਖਣ ਤਾਂ ਆਪਦੇ ਵਾਸਣ, ਰਾਤ ਬਰਾਤੇ ਵੀ ਕਈ ਵਾਰੀ ਕੀ ਹੁੰਦਾ ਜਾਂ ਜਿੱਥੇ ਪੈਟਰੋਲ ਪੰਪ ਹੋਣਗੇ ਉੱਥੇ ਭੰਨ ਕੇ ਬਣਾਇਆ ਵਾ ਨਜਾਇਜ਼ ਤਰੀਕੇ ਨਾਲ। ਇਹ ਟੋਲ ਟੈਕਸ ਵਾਲਿਆਂ ਨੂੰ ਜਾਂ ਸੜਕ ਵਾਲਿਆਂ ਨੂੰ ਚਾਹੀਦਾ ਵੀ ਕੀ ਇਹ ਸਹੀ ਆ? ਪਰ ਅਸੀਂ ਇਹ ਬਣ ਗਏ, ਅਸੀਂ ਲੱਗ ਗਏ ਹਰ ਕੰਮ ਦੇ ਵਿੱਚ ਜਿੱਦ, ਜਿੱਦ ਕਿਵੇਂ ਪਗਾਉਣੀ ਆ, ਹਿੰਡ ਕਿਵੇਂ ਕਰਨੀ ਆ, ਇਹ ਉਹ ਜਿੱਦ ਆ ਬਾਈ। ਇਹ ਕਾਹਦੀ ਜਿੱਦ ਆ ਬਾਈ? ਕੀ ਜਿਹਨੇ ਠੋਕਣਾ, ਗਲਤੀ ਤਾਂ ਉਹਦੀ ਹੋਈ ਹੋਊ, ਇਹ ਸਾਡੀ ਕੀ ਗਲਤੀ ਆ? ਤੇ ਲੰਘੇ ਤਾਂ ਤੁਸੀਂ ਆ ਜਿਹਨੇ ਠੋਕਣਾ। ਹੁਣ ਆਹ ਗੱਡੀ ਆ ਸਪੀਡ ਤੇ ਆਉਂਦੀ ਆ ਗੱਡੀ, ਦੇਖ ਲਓ ਆਹ, ਹੁਣ ਤੁਸੀਂ ਇੱਕਦਮ ਨਿਕਲੇ, ਕਿਵੇਂ ਰੁਕੂਗੀ ਗੱਡੀ? ਸਾਡਾ ਕਿਹੜਾ ਦਿਮਾਗ ਖਰਾਬ ਆ ਵੀ ਐਂ ਲੰਘੇ ਆਵਾਂਗੇ? ਦੇਖ ਕੇ ਲੰਘੇ ਸਾਰੇ, ਤੁਸੀਂ ਦੇਖਿਆ ਸਾਨੂੰ ਲੰਘਦਿਆਂ ਨੂੰ ਕਿੰਨਾ ਹੌਲੀ ਲੰਘੇ ਆ, ਚਾਰੇ ਪਾਸੇ ਦੇਖ ਕੇ ਲੰਘੇ ਆ। ਬਾਕੀ ਇਹ ਕੱਟ ਬਣੇ ਦੇ ਇਹਨਾਂ ਦੱਸ ਦਿਓ ਇਹ ਸਹੀ ਆ ਕਿ ਗਲਤ ਆ? ਹਾਂ ਇਹ ਮੈਂ ਜ਼ਰੂਰ ਗੱਲ ਮੰਨਦਾ ਗਲਤ ਹੈਗਾ, ਪਰ ਜੇ ਹੁਣ ਕਿਤੇ ਬਣਿਆ ਤਾਂ ਬੰਦ ਕਰਵਾ ਦਿਓ, ਜਾਂ ਤਾਂ ਆਪੇ ਲੋਕ ਸੰਭਲ ਜਾਣਗੇ। ਬੰਦ ਕਰਵਾ ਦਿਓ ਵੀ, ਬੰਦ ਤਾਂ ਉਹਨਾਂ ਨੇ ਕੀਤਾ ਹੀ ਸੀ ਜਿਹਨੇ ਸੜਕ ਬਣਾਈ ਆ, ਉਹਨੇ ਤਾਂ ਡਿਵਾਈਡਰ ਬਣਾਇਆ ਸੀ, ਫੁੱਟਪਾਥ ਬਣਾਇਆ ਸੀ, ਭੰਨੇ ਦਾ ਤੁਸੀਂ ਆ ਇਹ ਭੰਨਦੇ ਲੋਕਾਂ ਨੇ ਮਜਬੂਰੀਆਂ ਦੇ ਮਾਰਿਆ ਨੇ। ਮਜਬੂਰੀ ਕਾਹਦੀ ਆ ਪਤੰਦਰੋ? ਇੱਕ ਮਿੰਟ, ਜਾਣ ਤੋਂ ਕੀਮਤੀ ਤਾਂ ਕੋਈ ਚੀਜ਼ ਨਹੀਂ, ਆਪਦੀ ਜ਼ਿੰਦਗੀ ਇਦੋਂ ਕੀਮਤੀ ਕੋਈ ਚੀਜ਼ ਹੈਗੀ ਆ ਤਾਂ ਦੱਸ ਦੇ ਯਾਰ। ਤੁਸੀਂ ਤਾਂ ਪੱਤਰਕਾਰ ਐਵੇਂ ਦੋ ਬਣਾਇਆ ਤੁਸੀਂ, ਉਹ ਤੁਸੀਂ ਨਿੱਤ ਲੰਘਦੇ, ਤੁਹਾਡਾ ਇੱਥੇ ਘਰ ਆ ਨੇੜੇ, ਹੁਣ ਤੁਸੀਂ ਕਹਿ ਕੇ ਹਟੇ, ਹੋਰ ਕੌਣ ਲੰਘਦਾ ਹੋਊਗਾ ਇੱਥੋਂ? ਜਿੱਥੇ ਕੋਈ ਲੋੜ ਨਹੀਂ ਨਾ ਇਹਨਾਂ ਦੀ ਕੱਟਾਂ ਦੀ, ਲੋੜ ਵੀ ਨਹੀਂ, ਉੱਥੇ ਕਿੱਡੇ ਵੱਡੇ ਬਣਾਏ ਪਏ, ਪੈਸੇ ਲੈ ਲੈ ਕੇ ਇਹਨਾਂ ਨੇ, ਕਿਤੇ ਮੈਰਿਜ ਪੈਲਸ ਕੋਲੇ ਬਣਾਇਆ ਪਿਆ, ਕਿਤੇ ਕਿਤੇ ਬਣਾਏ ਪਏ ਆ, ਜਿੱਥੇ ਜ਼ਰੂਰਤ ਹੈ
ਉੱਥੇ ਜਾ ਅਸੀਂ ਖੇਤ ਨੂੰ ਜਾਣਾ ਹੁੰਦਾ, ਆਹ ਸਾਡਾ ਨਾਲ ਪਿੰਡ ਹੈ, ਹੁਣ ਖੇਤ ਨੂੰ ਟਰਾਲੀ ਲੈ ਕੇ ਪਹਿਲਾਂ ਉੱਧਰ ਜਾਈਏ ਫਿਰ ਇੱਧਰ ਆਈਏ, ਕਿੱਡੀ ਕੁ ਇਹ ਹੈਗੀ ਆ ਸਿਆਣਪ ਇਹਨਾਂ ਦੀ। ਲਾਓ ਲਾਓ ਇਹ ਇਹ ਤਾਂ ਕਹਿੰਦੇ ਵੀ ਆ ਉੱਧਰ ਸਿਆਣਪ ਵਾਲੀ ਗੱਲ ਆ, ਠੀਕ ਆ, ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਇਹ ਬੰਦਾ ਗਲਤੀ ਕਰਦਾ ਉਹ ਮੰਨਣ ਨੂੰ ਵੀ ਤਿਆਰ ਨਹੀਂ ਵੀ ਮੈਂ ਮੰਨਾਂ ਕਿਵੇਂ। ਤੁਹਾਨੂੰ ਮੈਂ ਉਹ ਘੱਟ ਵਿਖਾਉਣਾ, ਇਹ ਤੁਸੀਂ ਇੱਥੇ ਖੜੇ ਰਹੋ, ਇਹ ਮੋਟਰਸਾਈਕਲ ਇੱਥੇ ਖੜੇ ਆ ਜਾਓ, ਮੈਂ ਤੁਹਾਨੂੰ ਨਾ ਉਹ ਘੱਟ ਵਿਖਾਉਣਾ ਜਿਹੜਾ ਜਮਾਂ ਜਮਾਂ ਨਾਲ ਆ, ਇਹ ਘੱਟ ਆ ਜਿਹੜਾ ਸਾਹਮਣੇ ਇੱਕ ਮਿੰਟ ਤੁਹਾਨੂੰ ਦਿਖਾਉਣਾ, ਮਾੜਾ ਜਿਹਾ ਨਾਲ ਲਿਆਈ ਬਈ ਕੈਮਰਾ, ਠੀਕ ਆ। ਇਹ ਘੱਟ ਤੋਂ ਹੁਣ ਤੁਸੀਂ ਦੂਰੀ ਦੱਸ ਦਿਓ ਵੀ ਕਿੰਨੀ ਕਾ ਯਾਰ, ਜਾਨ ਨਾ ਗਵਾਓ, ਜ਼ਿੰਦਗੀ ਕੀਮਤੀ ਆ, ਤੁਹਾਡਾ ਪਰਿਵਾਰ ਤੁਹਾਨੂੰ ਉਡੀਕ ਰਿਹਾ। ਆਹ ਘੱਟ ਵਿਖਾਈ, ਆਹ ਘੱਟ ਵਿਖਾ ਵੀਰੇ, ਆਹ ਦਿਖਾ ਘੱਟ, ਆਹ ਹੈਗਾ ਸਾਹਮਣੇ ਘੱਟ, ਹੁਣ ਇੱਧਰ ਕੈਮਰਾ ਘਕਾਈ ਮੇਰੇ ਵੱਲ ਮਾੜਾ ਜਿਹਾ, ਇੱਧਰ ਘੁਮਾਈ, ਉਹ ਖੜੇ ਉਹ ਬੰਦੇ ਉਹ ਮੋਟਰਸਾਈਕਲ 'ਤੇ ਖੜੇ ਆ ਇੱਧਰ, ਠੀਕ ਆ। ਹੁਣ ਤੁਸੀਂ ਇਹ ਗੱਲ ਦੱਸ ਦਿਓ ਵੀ ਇਹ ਕੱਟ ਕਿੰਨੀ ਕੁ ਦੂਰ ਸੀਗਾ, ਇੱਧਰ ਨੂੰ ਹੋ ਜਾਓ ਮੇਰੇ ਵੀਰ, ਲੰਘ ਜਾਂਦੇ ਇੱਧਰ ਉਹ, ਠੀਕ ਆ। ਹੁਣ ਉਹ ਤੁਹਾਨੂੰ ਸਾਹਮਣੇ ਖੜੇ ਦਿਖਾਈ ਦਿੰਦੇ ਆ ਮੋਟਰਸਾਈਕਲ ਦੇ ਉੱਪਰ ਜਿਹੜੇ ਬੰਦੇ ਖੜੇ ਆ ਜਿਨ੍ਹਾਂ ਨੇ ਉੱਥੋਂ ਦੀ ਭੰਨ ਕੇ ਕੱਟ ਬਣਾਇਆ ਹੋਇਆ, ਠੀਕ ਆ। ਹੁਣ ਤੁਸੀਂ ਦੱਸ ਦਿਓ ਵੀ ਦੂਜੇ ਪਾਸੇ ਵਾਲਾ ਕੱਟ ਕਿੰਨੀ ਕੁ ਦੂਰੀ 'ਤੇ ਸੀ ਅਤੇ ਉਹ ਉੱਥੇ ਮੋਟਰਸਾਈਕਲ ਵਾਲੇ ਜਿਹੜੇ ਖੜੇ ਆ, ਹੁਣ ਆਹ ਕੱਟ ਤੁਹਾਨੂੰ ਇੱਧਰ ਦਿਸ ਗਿਆ, ਮੈਂ ਜਮ੍ਹਾਂ ਕੱਟ ਦੇ ਨੇੜੇ ਆ ਗਿਆ, ਠੀਕ ਆ। ਹੁਣ ਕਸੂਰ ਦੱਸ ਦਿਓ ਕਿਹਦਾ, ਫਿਰ ਰੱਬ ਨੂੰ ਦੋਸ਼ ਦੇਈ ਜਾਣਾ, ਜ਼ਿੰਦਗੀ ਬਹੁਤ ਕੀਮਤੀ ਆ, ਇੱਕ ਵਾਰੀ ਮਿਲਦੀ ਆ, ਤੁਹਾਡਾ ਪਰਿਵਾਰ ਵੇਟ ਕਰਦਾ। ਹੁਣ ਤੁਹਾਨੂੰ ਇਹ ਕੱਟ ਵਿਖਾਤਾ ਜਮ੍ਹਾਂ ਨੇੜੇ ਆ, ਠੀਕ ਆ, ਉਹ ਉੱਥੇ ਖੜੇ ਆ, ਪਰ ਜਾਨ ਬਹੁਤ ਕੀਮਤੀ ਆ, ਤੁਹਾਡੇ ਚਾਹੁਣ ਵਾਲੇ ਉਡੀਕਦੇ ਆ, ਹਰ ਗੱਲ 'ਚ ਨਾ ਕਹਿ ਕਰੋ ਰੱਬ ਦੀ ਕੀਤੀ ਹੋ ਗਈ, ਠੀਕ ਆ, ਕੁਛ ਆਪਦੇ ਵੀ ਸਾਡੀ ਸਾਵਧਾਨੀ ਵਰਤਣ ਦੀ ਸਾਨੂੰ ਲੋੜ ਆ, ਠੀਕ ਆ। ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ, ਧੰਨਵਾਦ ਜੀ।